ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਇਸ ਵਿਸ਼ੇ 'ਤੇ ਵਿਚਾਰ ਸਾਂਝੇ ਕਰਨ ਜਾ ਰਿਹਾ ਵੀ ਕੀ ਸਿੱਖ ਬੀਬੀਆਂ ਨੂੰ ਆਪਣੇ ਤਨ 'ਤੇ ਗਹਿਣੇ ਪਹਿਨਣੇ ਚਾਹੀਦੇ ਹਨ ਜਾਂ ਨਹੀਂ, ਕੀ ਸਿੱਖ ਬੀਬੀਆਂ ਨੂੰ ਆਪਣੇ ਤਨ 'ਤੇ ਹਾਰ ਸ਼ਿੰਗਾਰ ਕਰਨਾ ਚਾਹੀਦਾ ਹੈ ਜਾਂ ਨਹੀਂ। ਤੋ ਸਾਧ ਸੰਗਤ, ਅੱਜ ਦੇ ਇਸ ਵਿਸ਼ੇ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਮੈਂ ਆਪ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ, ਇਹਨੂੰ ਸੁਣੋ ਧਿਆਨ ਨਾਲ। ਸਾਧ ਸੰਗਤ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਿਹੜਾ ਇਸ ਵਿਸ਼ੇ ਸੰਬੰਧੀ ਨਜ਼ਰੀਆ ਹੈ ਉਹ ਬਿਲਕੁਲ ਸਾਫ਼ ਅਤੇ ਸਪਸ਼ਟ ਆ ਜੀ। ਮਹਾਰਾਜ ਜੀ ਪਾਵਨ ਬਾਣੀ ਦੇ ਵਿੱਚ ਫੁਰਮਾਨ ਫਰਮਾਉਂਦੇ ਆ ਜੀ, ਸੰਤ ਜਨਾ ਕੀ ਧੂੜ ਨਿਤ ਬਾਛੈ, ਨਾਮ ਸੱਚੇ ਕਾ ਗਹਿਣਾ। ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਫਰਮਾਉਂਦੇ ਆ ਜੀ, ਹਰ ਨਾਮ ਰੰਗ ਅਭਰਣੀ। ਜਾਂ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਸਾਧ ਸੰਗਤ ਫੁਰਮਾਨ ਆ ਜੀ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੂ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੂ। ਜਾਂ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਆ ਵੀ ਭਰਤਾ ਕਹੇ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ, ਇਹ ਤੰਬੋਲਾ ਖਾਏ ਰੀ। ਸਾਧ ਸੰਗਤ, ਇਹ ਗੱਲ ਯਾਦ ਰੱਖੋ, ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਅਜਿਹੇ ਸੈਂਕੜੇ ਪ੍ਰਮਾਣ ਜਿਹੜੇ ਆ ਉਹ ਸਾਨੂੰ ਬਾਣੀ ਵਿੱਚੋਂ ਪੜ੍ਹਨ ਨੂੰ ਮਿਲਦੇ ਆ, ਜਿੱਥੇ ਵਾਰ ਵਾਰ ਗੁਰੂ ਸਾਹਿਬ ਜੀ ਇੱਕ ਇਸਤਰੀ ਦੇ ਤਨ ਦੇ ਉੱਪਰ ਪਹਿਨੇ ਹੋਏ ਬਾਹਰ ਮੁਖੀ ਗਹਿਣੇ ਆ ਅਤੇ ਹਾਰ ਸ਼ਿੰਗਾਰ ਦਾ ਜ਼ਿਕਰ ਕਰਦੇ ਆ। ਪਰ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਵੀ ਕੇਵਲ ਗੁਰੂ ਸਾਹਿਬ ਇੱਕ ਇਸਤਰੀ ਦੀ ਹੀ ਗੱਲ ਨਹੀਂ ਕਰਦੇ, ਬਲਕਿ ਇੱਕ ਪੁਰਸ਼ ਦੀ ਵੀ ਗੱਲ ਕਰਦੇ ਆ। ਮਹਾਰਾਜ ਜੀ ਕਹਿੰਦੇ ਚਾਹੇ ਹੋਵੇ ਇਸਤਰੀ ਅਤੇ ਚਾਹੇ ਹੋਵੇ ਪੁਰਸ਼, ਜੇਕਰ ਇੱਕ ਇਸਤਰੀ ਜਾਂ ਪੁਰਸ਼ ਨੇ ਆਪਣੇ ਤਨ ਉੱਤੇ ਗਹਿਣੇ ਪਹਿਨਣੇ ਹਨ ਜਾਂ ਕੋਈ ਹਾਰ ਸ਼ਿੰਗਾਰ ਕਰਨਾ, ਤਾਂ ਮਹਾਰਾਜ ਕਹਿੰਦੇ ਹਾਰ ਸ਼ਿੰਗਾਰ ਇਹ ਬਣਾਓ ਵੀ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੂ। ਕਹਿਣ ਤੋਂ ਭਾਵ ਵੀ ਚੰਗੇ ਗੁਣਾਂ ਨੂੰ ਸੰਤੋਖ ਰੂਪੀ ਗੁਣ, ਦਇਆ ਰੂਪੀ ਗੁਣ, ਨਿਮਰਤਾ ਰੂਪੀ ਗੁਣ, ਸਹਿਨਸ਼ੀਲਤਾ ਰੂਪੀ ਗੁਣ ਜਾਂ ਫਿਰ ਜਤ ਸਤ ਰੂਪੀ ਗੁਣ ਜਿਹੜੇ ਆ ਇਹ ਆਪਣੇ ਜੀਵਨ ਵਿੱਚ ਧਾਰਨ ਕਰਨੇ, ਅਸਲ ਵਿੱਚ ਇਹੀ ਸੱਚਾ ਸ਼ਿੰਗਾਰ ਹੈ, ਅਸਲ ਵਿੱਚ ਇਹੀ ਸੱਚਾ ਸਾਡੇ ਜੀਵਨ ਦਾ ਗਹਿਣਾ ਵੀ ਆ। ਮਹਾਰਾਜ ਕਹਿੰਦੇ ਆ ਵੀ ਨਾਮ ਸੱਚੇ ਕਾ ਗਹਿਣਾ, ਵੀ ਸਦੀਵ ਕਾਲ ਟਿਕੇ ਰਹਿਣ ਵਾਲੇ ਪਰਿਪੂਰਨ ਪਰਮੇਸ਼ਵਰ ਦੇ ਨਾਮ ਨੂੰ ਅਰਾਧਨਾ ਹੀ ਮਨੁੱਖ ਦੇ ਜੀਵਨ ਦਾ ਅਸਲੀ ਗਹਿਣਾ ਹੈ। ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਲੈਣਾ ਹੀ ਸਾਧ ਸੰਗਤ ਇੱਕ ਇਸਤਰੀ ਅਤੇ ਇੱਕ ਪੁਰਸ਼ ਦਾ ਅਸਲ ਆਭੂਸ਼ਣ ਹੈ। ਤੋ ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਬਿਲਕੁਲ ਸਾਫ਼ ਅਤੇ ਸਪਸ਼ਟ ਇਹ ਵਿਚਾਰ ਦਿੱਤੇ ਆ ਵੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਸਾਡਾ ਅਸਲ ਸ਼ਿੰਗਾਰ ਹੈ, ਸਾਡਾ ਅਸਲ ਗਹਿਣਾ ਹੈ। ਸਾਧ ਸੰਗਤ, ਇੱਥੇ ਮੈਂ ਇਹ ਵੀ ਆਪ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ, ਇਹਨੂੰ ਵੀ ਸੁਣੋ ਧਿਆਨ ਨਾਲ। ਆਹ ਤੁਸੀਂ ਦੇਖ ਸਕਦੇ ਹੋ, ਮੈਂ ਆਪਣੇ ਹੱਥ ਦੇ ਵਿੱਚ ਆ ਪੁਸਤਕ ਪਕੜੀ ਹੋਈ ਹੈ ਜੀ। ਇਸ ਪੁਸਤਕ ਦਾ ਨਾਮ ਆ ਗੁਰਮਤ ਮਾਰਤੰਡ ਅਤੇ ਭਾਈ ਕਾਹਨ ਸਿੰਘ ਜੀ ਨਾਭਾ ਦੀ ਲਿਖੀ ਹੋਈ ਆ। ਸਾਧ ਸੰਗਤ, ਇਸ ਪੁਸਤਕ ਦੇ ਪੇਜ ਨੰਬਰ 74 ਦੇ ਉੱਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਅੰਗ ਵੇਦਨ ਇਸ ਸਿਰਲੇਖ ਦੇ ਹੇਠ ਬੜੀ ਸਪਸ਼ਟ ਜਾਣਕਾਰੀ ਸਾਨੂੰ ਦੱਸੀ ਆ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਆ ਵੀ ਸਿੱਖ ਮਤ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਬਾਲਕ ਜਾਂ ਬਾਲਕੀ ਦੇ ਨੱਕ ਕੰਨ ਵਿੰਨਣੇ ਵਿਵਰਜਿਤ ਹਨ,
ਭਾਈ ਦਇਆ ਸਿੰਘ ਜੀ ਆਪਣੇ ਰਚੇ ਹੋਏ ਰਹਿਤ ਨਾਮੇ ਵਿੱਚ ਸਤਿਗੁਰਾਂ ਦਾ ਹੁਕਮ ਪ੍ਰਗਟ ਕਰਦਿਆਂ ਹੋਇਆਂ ਲਿਖਦੇ ਆ ਵੀ ਬੇਧੇ ਕਾਣ ਨਾ ਨਾਕ ਕੋ ਸਤਿਗੁਰੂ ਕੀ ਮਰਿਆਦ। ਇਹਦਾ ਮਤਲਬ ਵੀ ਨੱਕ ਛੇਦਕ ਗਹਿਣੇ ਅਤੇ ਕੰਨ ਛੇਦਕ ਗਹਿਣੇ ਪਹਿਨਣੇ ਸਿੱਖ ਮਤ ਵਿੱਚ ਵਿਵਰਜਿਤ ਆ। ਅਤੇ ਵਿਵਰਜਿਤ ਪਤਾ ਕਿਉਂ ਆ? ਕਿਉਂਕਿ ਇਹ ਵੀ ਗੱਲ ਯਾਦ ਰੱਖੋ, ਕਈਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ। ਇਤਿਹਾਸ ਦੀ ਤਵਾਰੀਖ ਦੱਸਦੀ ਆ ਜੀ 2000 ਸਾਲ ਜਿਹੜਾ ਵਾ ਬਾਹਰਲੇ ਮੁਲਕਾਂ ਦੇ ਹੁਕਮਰਾਨ ਜਿਹੜੇ ਆ ਉਹ ਭਾਰਤ ਦੇ ਉੱਪਰ ਰਾਜ ਕਰਦੇ ਰਹੇ ਆ। ਸ਼ਾਇਦ ਤੁਹਾਨੂੰ ਪਤਾ ਹੋਵੇ ਜਦੋਂ ਤੁਗਲਕਾਂ ਦਾ, ਖਿਲਜੀਆਂ ਦਾ, ਮੁਗਲਾਂ ਦਾ ਇੱਥੇ ਰਾਜ ਸੀ ਅਤੇ ਸਾਧ ਸੰਗਤ ਉਹਨਾਂ ਨੇ ਇੱਥੇ ਦੀ ਜਨਤਾ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਅਤੇ ਗੁਲਾਮਾਂ ਦੀ ਪਛਾਣ ਵਾਸਤੇ ਉਹ ਪਤਾ ਲੋਕ ਕੀ ਕਰਦੇ ਸੀ? ਗੁਲਾਮਾਂ ਦੀ ਪਛਾਣ ਵਾਸਤੇ ਜਿਹੜੇ ਇੱਥੇ ਭਾਰਤ ਵਾਸੀ ਸੀ ਨਾ, ਗੁਲਾਮ ਜਿਹੜੇ ਕਹੇ ਜਾਂਦੇ ਸੀ, ਉਹਨਾਂ ਦੀ ਨੱਕ ਅਤੇ ਉਹਨਾਂ ਦਾ ਕੰਨ ਜਿਹੜਾ ਵਾ ਉਹ ਛੇਦ ਦਿੰਦੇ ਸੀ, ਨੱਕ ਅਤੇ ਕੰਨ ਨੂੰ ਵਿੰਨ ਦਿੰਦੇ ਸੀ। ਨੱਕ ਅਤੇ ਕੰਨ ਦਾ ਵਿੰਨਣਾ ਇਹ ਸਮਝਿਆ ਜਾਂਦਾ ਸੀ ਵੀ ਇਹ ਜਿਹੜੇ ਆ ਇਹ ਸਾਡੇ ਗੁਲਾਮ ਆ। ਕਹਿਣ ਤੋਂ ਮੁਰਾਦ ਵੀ ਨੱਕ ਵਿੰਨਣਾ ਅਤੇ ਕੰਨ ਵਿੰਨਣਾ ਇਹ ਗੁਲਾਮੀ ਦਾ ਪ੍ਰਤੀਕ ਰਿਹਾ ਹੈ। ਅਤੇ ਜਦੋਂ ਸਾਧ ਸੰਗਤ ਗੁਰੂ ਸਾਹਿਬਾਨਾਂ ਦਾ ਵੇਲਾ ਆਇਆ ਅਤੇ ਗੁਰੂ ਸਾਹਿਬਾਨਾਂ ਨੇ ਇਹ ਗੱਲ ਇੱਥੋਂ ਦੇ ਲੋਕਾਂ ਨੂੰ ਸਮਝਾਈ ਵੀ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾਂ ਕਿਚਕਾਏ। ਕਹਿਣ ਤੋਂ ਭਾਵ ਵੀ ਗੁਰੂ ਸਾਹਿਬਾਨਾਂ ਨੇ ਇੱਥੋਂ ਦੇ ਲੋਕਾਂ ਨੂੰ ਗੁਲਾਮੀ ਭਰਿਆ ਜੀਵਨ ਜੂਣ ਤੋਂ ਆਜ਼ਾਦ ਕਰਵਾ ਕੇ ਸਤਿਗੁਰੂ ਜੀ ਨੇ ਇੱਥੇ ਦੇ ਲੋਕਾਂ ਨੂੰ ਖੁਦ ਮੁਖਤਿਆਰ ਬਣਾਇਆ। ਸਾਨੂੰ ਸਿੱਖਾਂ ਨੂੰ ਗੁਰੂ ਸਾਹਿਬ ਨੇ ਸਾਧ ਸੰਗਤ ਬਾਣਾ ਬਖਸ਼ਿਸ਼ ਕੀਤਾ। ਬਾਣਾ ਕਿਹੜਾ ਜੀ ਭਲਾ? ਪੰਜ ਕਕਾਰੀ ਬਾਣਾ, ਕੇਸ, ਸਾਧ ਸੰਗਤ ਕੰਘਾ, ਕਛਹਿਰਾ, ਕੜਾ ਅਤੇ ਸ੍ਰੀ ਸਾਹਿਬ ਜਿਹਨੂੰ ਆਪਾਂ ਕਿਰਪਾਨ ਵੀ ਕਹਿੰਦੇ ਹਾਂ। ਮੋਰ ਆਗਿਆ ਸੁਣੋ ਏ ਪਿਆਰੇ, ਬਿਨਾਂ ਕੇਸ ਤੇਗੰ ਦੇਵੋ ਨਾ ਦਿਦਾਰੇ। ਸੋ ਮੇਰੇ ਕਹਿਣ ਤੋਂ ਭਾਵ ਵੀ ਗੁਰੂ ਸਾਹਿਬ ਨੇ ਸਾਨੂੰ ਸਿੱਖਾਂ ਨੂੰ ਪੰਜ ਕਕਾਰੀ ਬਾਣਾ ਬਖਸ਼ ਕੇ ਇਹ ਗੱਲ ਦ੍ਰਿੜ ਕਰਾ ਦਿੱਤੀ ਵੀ ਸਿੱਖ ਇਸਤਰੀ ਅਤੇ ਸਿੱਖ ਪੁਰਸ਼ ਵਾਸਤੇ ਉਹਦਾ ਪੰਜ ਕਕਾਰੀ ਬਾਣਾ ਹੀ ਉਹਦੇ ਵਾਸਤੇ ਅਸਲੀ ਗਹਿਣਾ ਹੈ, ਅਸਲੀ ਆਭੂਸ਼ਣ ਹੈ, ਅਸਲੀ ਹਾਰ ਸ਼ਿੰਗਾਰ ਹੈ। ਵੈਸੇ ਵੀ ਅਖੀਰ 'ਤੇ ਸਾਧ ਸੰਗਤ ਮੈਂ ਇਹ ਬੇਨਤੀ ਕਰਦਾ ਜਾਵਾਂ ਵੀ ਜਿਹੜਾ ਬੰਦਾ ਧਰਮੀ ਤਬੀਅਤ ਦਾ ਮਾਲਕ ਹੁੰਦਾ ਹੈ ਨਾ, ਧਰਮੀ ਤਬੀਅਤ ਦਾ ਮਾਲਕ, ਇਹ ਗੱਲ ਯਾਦ ਰੱਖੋ, ਧਰਮੀ ਤਬੀਅਤ ਦਾ ਮਾਲਕ ਜਾਂ ਧਰਮੀ ਸੁਭਾਅ ਦਾ ਮਾਲਕ ਇਨਸਾਨ ਜਿਹੜਾ, ਮਨੁੱਖ ਜਿਹੜਾ, ਉਹ ਹਮੇਸ਼ਾ ਸਾਦਗੀ ਭਰਿਆ ਜੀਵਨ ਜਿਉਂਦਾ ਵਾ। ਜਦੋਂ ਸਾਡੇ ਜੀਵਨ ਵਿੱਚ, ਸਾਡੇ ਕਰੈਕਟਰ ਦੇ ਵਿੱਚ ਸਾਧ ਸੰਗਤ ਧਰਮ ਦਾ ਵਾਸਾ ਹੁੰਦਾ ਵਾ, ਅਸੀਂ ਸ਼ੁੱਭ ਗੁਣ, ਚੰਗੇ ਗੁਣਾਂ ਦੇ ਮਾਲਕ ਬਣਦੇ ਹਾਂ। ਅਤੇ ਹਮੇਸ਼ਾ ਤੁਸੀਂ ਦੇਖਣਾ ਵੀ ਇੱਕ ਧਰਮੀ ਬੰਦਾ ਜਿਹੜਾ ਉਹ ਹਮੇਸ਼ਾ ਸਦਾਚਾਰੀ ਜੀਵਨ ਜਿਹੜਾ ਹੈ, ਸਿੰਪਲ ਸਿਟੀ ਵਾਲਾ ਜੀਵਨ, ਸਾਦਗੀ ਭਰਿਆ ਜਿਹੜਾ ਜੀਵਨ ਆ ਉਹ ਬਤੀਤ ਕਰਕੇ ਹੀ ਉਹ ਖੁਸ਼ ਰਹਿੰਦਾ ਹੈ। ਬਾਹਰ ਚੰਚਲਤਾਈ ਵਾਲਾ ਜਿਹੜਾ ਜੀਵਨ ਆ ਉਹ ਬਤੀਤ ਕਰਨ 'ਚ ਖੁਸ਼ੀ ਨਹੀਂ ਮਹਿਸੂਸ ਕਰਦਾ। ਸੋ ਸਾਧ ਸੰਗਤ ਮੈਂ ਉਮੀਦ ਕਰਦਾ ਵੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਆਪ ਸਮੂਹ ਸੰਗਤ ਨੂੰ ਜ਼ਰੂਰ ਸਮਝ ਵਿੱਚ ਆਈ ਹੋਵੇਗੀ। ਜੇਕਰ ਇਹ ਪ੍ਰੋਗਰਾਮ ਆਪ ਜੀ ਨੂੰ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸਿੱਖ ਸੰਗਤਾਂ ਨਾਲ ਸ਼ੇਅਰ ਕਰਨਾ ਨੂੰ ਭੁੱਲਿਓ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।